ਸਾਨੂੰ ਇਸ ਮੰਡੀ ਦਾ ਬਹੁਤ ਫਾਇਦਾ ਹੋਇਆ ਜੀ। ਨਹੀਂ ਤਾਂ ਸਾਨੂੰ 25-30-40 ਕਿਲੋਮੀਟਰ ਪੰਜਾਬ 'ਚ ਜਾਣਾ ਪੈਂਦਾ ਤਾਂ। ਸਾਡੇ ਪ੍ਰੋਫੈਸਰ ਰਾਮ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਸੀਂ। ਸਾਡੇ ਘਰ 'ਚ ਆਪਣੇ ਨਾਲ ਦੇ ਪਿੰਡ 'ਚ ਕਾਂਗੜ 'ਚ ਮੰਡੀ ਖੁੱਲ੍ਹ ਗਈ, ਸਾਨੂੰ ਆਪਣਾ ਦਾਣਾ ਵੇਚਣ ਦੀ ਬਹੁਤ ਫਾਇਦਾ ਹੋਇਆ, ਤਾਂ ਉਹਨਾਂ ਦਾ ਅਸੀਂ ਬਹੁਤ ਸ਼ੁਕਰੀਆ ਕਰਦੇ ਹਾਂ ਜੀ। ਨਹੀਂ ਤਾਂ ਸਾਨੂੰ ਨੰਗਲ ਜਾ ਕੇ ਦੀ ਮੈਂ ਆਪਣਾ ਗੜ੍ਹ ਸਿੰਘ ਜਾਂ ਨਵਾਂ ਸ਼ਹਿਰ ਜਾਣਾ ਪੈਂਦਾ ਤਾਂ। ਹੁਣ ਸਾਨੂੰ ਘਰ 'ਚ ਹੀ ਮੰਡੀ ਮਿਲ ਗਈ, ਸਭ ਕੁਛ ਸਾਡਾ ਇੱਕ ਇੱਕ ਦਾਣਾ ਖਰੀਦ ਰਹੇ ਹੈ, ਅਸੀਂ ਉਹਨਾਂ ਦਾ ਬਹੁਤ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ। ਤੁਹਾਨੂੰ ਪ੍ਰੋਫੈਸਰ ਰਾਮ ਕੁਮਾਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਹਮਾਰੇ ਹਰੋਲੀ ਖੇਤਰ ਮੇ ਮੰਡੀ ਕਾ ਪ੍ਰਬੰਧ ਕੀਆ, ਜਿਸਸੇ ਕਿ ਹਮਾਰੇ ਕਿਸਾਨ ਭਾਈ ਬਹੁਤ ਖੁਸ਼ ਹੈ। ਉਨਕੋ ਪੰਜਾਬ ਦੀ ਮੰਡੀ ਘੁੰਮਣ ਜਾਣੇ ਬਹੁਤ ਇੱਕ ਹੋਤੇ ਸੀ, ਇਸਕਾ ਬਹੁਤ ਬਹੁਤ ਇਸਕੇ ਲਈ ਧੰਨਵਾਦ ਕਰਦੇ ਹਾਂ ਪ੍ਰਦੇਸ਼ ਸਰਕਾਰ ਕਾ ਔਰ ਪ੍ਰੋਫੈਸਰ ਰਾਮ ਕੁਮਾਰ ਜੀ ਦਾ ਬਹੁਤ ਧੰਨਵਾਦ। ਸੇ ਵੀ ਔਰ ਆਜ ਵਿਧੀਵਤ ਰੂਪ ਸੇ ਯਹਾਂ ਕੇ ਕਿਸਾਨ ਹਰੋਲੀ ਕੇ ਕਿਸਾਨ ताकि ऊना जिला के सभी किसान यहाँ अपनी फसल अपने उपज को लेकर आ सकते हैं और यहाँ वो उसको बेच सकते हैं एफसीआई को, जिसकी शुरुआत अभी कर दी गई है। 1925 रुपये प्रति क्विंटल के हिसाब से एफसीआई किसान की गेहूँ यहाँ खरीदेगा और किसान को एक बड़ी इससे राहत मिली है। तो इसके लिए मैं प्रदेश सरकार का धन्यवाद करना चाहूँगा, विशेष रूप से प्रदेश के मुख्यमंत्री जी का, कि उन्होंने स्वयं रुचि लेकर किसान को, हरोली के किसान को, जिला ऊना के किसान को यह राहत पहुंचाई है। और एक बार फिर से मैं तमाम हरोली समेत जिला ऊना के सभी किसानों को ये खरीद केंद्र शुरू होने की बधाई देता हूं और ये उम्मीद करता हूं कि इस खरीद केंद्र का यहां के किसानों को पूरा लाभ मिलेगा और यहां के किसान भी इस अवसर का पूरा फायदा उठाएंगे, इस सुविधा की पूरी पूरा फायदा इसका लेंगे। तो एक बार फिर से सबको बधाई देते हुए धन्यवाद। महेश गौतम, रिपोर्टर न्यूज़, हरोली।